यूथ कांग्रेस देहाती के प्रधान द्वारा आज सर्किट हाउस में एक मीटिंग की गई, जिसमें यूथ कांग्रेस देहाती के नेता लकी संधू और दीपा रायकोट ने बताया कि 23 जनवरी को पंजाब की यूथ कांग्रेस द्वारा सीएए के विरोध में एक मोटरसाइकिल रैली निकालने जा रही है। यह रैली मोहाली से शुरू होगी और खटखट कलां में समाप्त होगी। इस रैली में पंजाब के प्रत्येक जिलों की यूथ भाग लेगी। ਪੰਜਾਬ ਦੇ ਪ੍ਰਧਾਨ ਵਰਿੰਦਰ ਢਿੱਲੋਂ ਜੀ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਮੋਹਾਲੀ ਤੋਂ ਇੱਕ ਯਾਤਰਾ ਸ਼ੁਰੂ ਕਰ ਰਹੇ ਹਾਂ ਜੋ ਕਿ ਮੋਟਰਸਾਈਕਲ ਰੈਲੀ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਇਹ ਨਵਾਂ ਬਿੱਲ ਲੈ ਕੇ ਆਏ ਨੇ ਉਸ ਦੇ ਖਿਲਾਫ ਅਸੀਂ ਇਹ ਖਟ ਖਟ ਕਲਾਂ ਤੱਕ ਘੱਟ ਤੋਂ ਘੱਟ 5,000 ਮੋਟਰਸਾਈਕਲ ਅਸੀਂ ਲੈ ਕੇ ਤੁਰਾਂਗੇ ਜੋ ਕਿ ਖਟ ਖਟ ਆਪਣੇ ਮੋਹਾਲੀ ਸੋਹਾਣਾ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋਊਗੀ ਅਤੇ ਖਟ ਖਟ ਕਲਾਂ ਜਾ ਇਹਦਾ ਕੇ ਮਕਸਦ ਕੀ ਸਮਾਪਤ ਰਹੇਗਾ ਜੀ? ਇਹਦਾ ਮਕਸਦ ਯੂਥ ਨੂੰ ਅਵੇਅਰ ਕਰਨਾ ਹੋਊਗਾ, ਸਾਡਾ ਮਕਸਦ ਹੋਊਗਾ ਯੂਥ ਨੂੰ ਅਵੇਅਰ ਕਰਨਾ ਤਾਂ ਕਿ ਯੂਥ ਨੂੰ ਪਤਾ ਲੱਗੇ ਕਿ ਮੋਦੀ ਸਰਕਾਰ ਜੋ ਮਨਿਓਰਟੀ ਨਾਲ ਕਰ ਰਹੀ ਆ ਉਹਦੇ ਬਾਰੇ ਸਾਡਾ ਹਰੇਕ ਨੂੰ ਚਾਨਣਾ ਪਾਉਣਾ ਮਕਸਦ। ਸਾਡੇ ਜਿਹੜੇ ਪੰਜਾਬ ਪ੍ਰਧਾਨ ਬਣੇ ਜੀ ਵਰਿੰਦਰ ਢਿੱਲੋਂ ਸਾਨੂੰ ਆਦੇਸ਼ ਹੋਏ ਨੇ, ਉਹਨਾਂ ਦੀ ਅਗਵਾਈ ਹੇਠ ਅਸੀਂ 23 ਤਰੀਕ ਨੂੰ ਮੋਟਰਸਾਈਕਲ ਯਾਤਰਾ ਕੱਢਣ ਲੱਗੇ ਹਾਂ। ਇਹ ਸੋਹਾਣਾ ਸਾਹਿਬ ਤੋਂ ਸ਼ੁਰੂ ਹੋਊਗੀ ਜੀ, ਮੋਹਾਲੀ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਨੇ ਜੀ, ਉੱਥੋਂ ਸ਼ੁਰੂ ਹੋ ਕੇ ਆਪਣਾ ਖਟਕੜ ਕਲਾਂ ਜੀ। ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਵੀ ਜਿਹੜਾ ਮੋਦੀ ਸਰਕਾਰ ਮੁਸਲਿਮ ਘੱਟ ਗਿਣਤੀਆਂ ਦੇ ਦੱਬਣ ਲੱਗੀ ਹੋਈ ਆ ਵੀ ਸਾਡੀ ਯੂਥ ਕਾਂਗਰਸ ਉਹਨਾਂ ਦੇ ਨਾਲ ਖੜੀ ਆ। ਤਕਰੀਬਨ ਜੀ ਹਰ ਇੱਕ ਡਿਸਟ੍ਰਿਕਟ ਅਤੇ ਹਰ ਇੱਕ ਹਲਕੇ ਦੇ ਵਿੱਚੋਂ ਵੱਧ ਤੋਂ ਵੱਧ ਮੋਟਰਸਾਈਕਲ ਇਕੱਠੇ ਹੋ ਕੇ ਜਾਣਗੇ ਜੀ। ਜਿਵੇਂ ਲੁਧਿਆਣਾ ਡਿਸਟ੍ਰਿਕਟ ਆ ਸਾਡਾ, ਇੱਥੋਂ ਜਾਊਗਾ ਤਕਰੀਬਨ ਸਾਰੇ ਹਲਕਿਆਂ ਦੇ ਵਿੱਚੋਂ ਮੋਟਰਸਾਈਕਲ ਆਉਣਗੇ, ਘੱਟੋ ਘੱਟ 300, 250, 300 ਮੋਟਰਸਾਈਕਲ ਇੱਥੋਂ ਇੱਥੋਂ ਲੁਧਿਆਣਾ ਦਿਹਾਤੀ ਦਾ ਹੋਊਗਾ।